ਐਸ਼ ਕਰੋ ਵੇਖੀਏ ਕਿੱਦਾਂ ਦੀ ਲੱਗੀ। ਬੜੀ ਵਧੀਆ ਮੂਵੀ ਹੈ ਜੀ, ਪਰਿਵਾਰ 'ਚ ਬੈਠ ਕੇ ਦੇਖਣ ਵਾਲੀ ਹੈ। ਚੰਗਾ ਮੈਸੇਜ ਦਿੱਤਾ ਉਹਨਾਂ ਨੇ ਅਤੇ ਸਰਕਾਰਾਂ 'ਤੇ ਇੱਕ ਬੜੀ ਵੱਡੀ ਲਾਹਣਤ ਪਾਈ ਉਹਨਾਂ ਨੇ। ਸਰਕਾਰਾਂ ਨੇ ਜਿਹੜਾ ਜਿਹੜੇ ਲੋਨ ਵਗੈਰਾ ਦੇ ਕੇ ਲੋਕ ਮੁੜ ਕੇ ਤੰਗ ਕਰਦੇ, ਕਰਪਸ਼ਨ ਮੰਗਦੇ, ਨਹੀਂ ਮੋੜ ਹੁੰਦਾ। ਜਿਹੜੇ ਐਡੇ ਬੜੇ ਅਡਾਨੀ ਅਬਾਨੀ ਵਰਗੇ ਲੋਕ ਬੈਠੇ ਆ, ਕਰੋੜਾਂ ਰੁਪਏ ਕਰਜ਼ਾ ਲੈ ਲੈਂਦੇ, ਉਹਨਾਂ ਦੀ ਸਰਕਾਰਾਂ ਬੜੀ ਛੇਤੀ ਮਾਫ਼ ਕਰ ਦਿੰਦੀਆਂ ਅਤੇ ਆਮ ਸਧਾਰਨ ਬੰਦੇ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਜੀ। ਮੈਮ ਖਾਓ ਪਿਓ ਐਸ਼ ਕਰੋ ਵੇਖਿਆ ਕਿੱਦਾਂ? ਵਾਕਈ ਬਹੁਤ ਵਧੀਆ ਜੀ। ਹਾਂਜੀ ਪੰਚੋ ਪੰਚ ਕਿਵੇਂ ਲੱਗੀ? ਅੱਛੀ ਲੱਗੀ। ਮੈਮ ਖਾਓ ਇਟ ਵਾਸ ਫਾਈਨ ਸੇਮ ਜਸਰ ਤੇ ਕੀ ਕਹੋਗੇ ਟਾਈਮ ਵਾਚ ਸਰ ਕਿਵੇਂ ਲੱਗੀ? ਖਾਓ ਬਹੁਤ ਵਧੀਆ। ਥੈਂਕ ਯੂ ਸਰ। ਖਾਓ ਪਿਓ ਐਸ਼ ਕਰੋ ਵੇਖੀ ਆ ਕਿੱਦਾਂ? ਬਹੁਤ ਵਧੀਆ। ਫਿਰ ਕੀ ਖਾਸ ਹੈਗਾ ਇਹਦੇ 'ਚ? ਸਿਸਟਮ ਬਾਰੇ ਅਤੇ ਇੱਕ ਦੂਜੇ ਨੂੰ ਦੇਖ ਕੇ ਜਿੱਦਾਂ ਆਪਾਂ ਗੱਲਬਾਤ ਕਰਦੇ ਹਾਂ ਸ਼ਰੀਕੇ ਦਾ, ਉਹਦੇ ਵਾਸਤੇ ਵਧੀਆ ਗੱਲਬਾਤ ਕੀਤੀ ਹੋਈ ਆ। ਕਿਵੇਂ ਲੱਗੀ ਖਾਓ ਪਿਓ? ਵਧੀਆ ਸੀ, ਬੜੀ ਫਨੀ। ਚੋ ਨੰਬਰ ਦਾ 5 4। ਥੈਂਕ ਯੂ। ਖਾਓ ਪਿਓ ਐਸ਼ ਕਰੋ ਵੇਖੀ ਕਿੱਦਾਂ? ਬਹੁਤ ਵਧੀਆ ਸੀ। ਹਾਂਜੀ ਵਧੀਆ। ਕੀ ਲੱਗਿਆ ਖਾਓ ਪਿਓ ਐਸ਼? ਵਧੀਆ ਲੱਗਿਆ, ਪਰਿਵਾਰਕ ਮੈਂਬਰਾਂ ਨਾਲ ਅੱਛੇ ਲੱਗੇ, ਪੇਂਡੂ ਲਾਈਫ ਦੇ ਨਾਲ ਅੱਛੀ ਲੱਗਿਆ ਬਾਈ। ਸਰ ਕਿਵੇਂ ਰਹੀ ਖਾਓ ਪਿਓ? ਬਹੁਤ ਸੋਹਣੀ, ਬਹੁਤ ਸੋਹਣੀ। ਕੰਪਲੀਟ ਪੈਕੇਜ ਜੀ, ਕੰਪਲੀਟ ਪੈਕੇਜ ਆ। ਹੱਸੀਆਂ ਖੇਡੀਆਂ ਵੀ, ਸ਼ਰੀਕਾ ਬਣ ਵੀ, ਔਰ ਕੰਪਲੀਟ ਫੈਮਿਲੀ ਵੀ। ਹਾਂਜੀ ਮੈਮ, ਵੈਰੀ ਬਿਊਟੀਫੁਲ। ਮੈਮ ਸਭ ਕੁਛ ਹੀ ਵਧੀਆ ਸੀਗਾ ਮੂਵੀ 'ਚ। ਹਾਂਜੀ ਦੱਸ ਦਿਓ। 5 ਨੰਬਰ ਦੇ ਦਿਓ। 5 ਚੋਂ 5 ਇੱਧਰ ਕਹੂੰਗੇ। 5 ਸਟਾਰ ਰੇਟਿੰਗ ਹੈ ਜੀ। ਸਿਰਾਈ ਸਿਰਾ ਬਹੁਤ ਵਧੀਆ, ਬਹੁਤ ਅੱਛੀ ਸੀ, ਬਹੁਤ ਅੱਛੀ। ਖਾਓ ਪਿਓ ਐਸ਼ ਕਰੋ ਦੇਖ ਕੇ ਆਇਓ ਕਿਵੇਂ ਦੀ? ਬਹੁਤ ਵਧੀਆ, ਸਾਰਿਆਂ ਦਾ ਰੋਲ ਬਹੁਤ ਸੋਹਣਾ। ਖਾਓ ਪੀਓ ਵਧੀਆ ਮੂਵੀ ਹੈ, ਵਧੀਆ। ਸਭ ਤੋਂ ਖਾਸ ਨਹੀਂ ਫਨੀ, ਸਰਨਜੀਤ ਬਾਵੇ ਦੀ ਐਕਟਿੰਗ ਅਮੇਜ਼ਿੰਗ ਹੈ। ਹਾਂ ਚੋਂ ਨੰਬਰ ਦੇ 5 ਚੋਂ 5 ਸੇਮ ਕਿੱਦਾਂ ਦੀ ਲੱਗੀ? ਮੈਂ ਦੇਖੀ ਨਹੀਂ। ਮੈਮ ਖਾਓ ਪੀਓ ਐਸ਼ ਕਰੋ ਦੇਖ ਕੇ ਆਇਓ ਕਿਵੇਂ ਦੀ ਲੱਗੀ? ਬਹੁਤ ਵਧੀਆ ਜੀ। ਸਭ ਤੋਂ ਵਧੀਆ ਕੀ ਸੀਗਾ? ਤਰਸੇਮ ਜੱਸੜ ਤੇ ਰਣਜੀਤ ਬਾਵਾ ਦਾ ਸਭ ਤੋਂ ਵਧੀਆ ਸੀ। ਰਣਜੀਤ ਬਾਵਾ ਬਹੁਤ ਬੜੀਆ, ਬਹੁਤ ਬੜੀਆ। ਮੈਸੇਜ ਕਿਵੇਂ ਦਾ ਲੱਗਿਆ, ਕਿਵੇਂ ਦੀ ਸਟੋਰੀ ਸੀਗੀ? ਅੱਛੀ ਆ, ਥੋੜੀ ਹਾਸੇ ਮਜ਼ਾਕ ਵਾਲੀ ਵੀ ਸੀ, ਚਲੋ ਸਟੋਰੀ ਵੀ ਹੈ ਥੋੜੀ ਅੱਛੀ ਸਟੋਰੀ ਸੀ। ਮੇਨ ਦੱਸਿਆ ਕਿ ਬੈਂਕ ਦਾ ਤੁਸੀਂ? ਮੈਡਮ ਮੈਂ ਨਾ ਸਕ੍ਰਿਪਟ ਡਾਇਰੈਕਟਰ ਹਾਂ ਜੀ। ਮੈਂ ਮੇਰੀ ਫਿਲਮ ਵੀ ਚੱਲ ਰਹੀ ਹੈ ਟੈਲੀਵਿਜ਼ਨ, ਇਹ ਫਿਲਮ ਮੈਨੂੰ ਬਹੁਤ ਅੱਛੀ ਲੱਗੀ ਔਰ ਬਾਬੇ ਵੀਰੇ ਦੀ ਕੰਮ ਬਹੁਤ ਸੋਹਣਾ ਹੈ। ਮੈਂ ਉਹਨੂੰ ਪਰਸਨਲੀ ਫੋਨ ਵੀ ਕਰਦਾ ਬਾਈ ਨੂੰ। ਬਹੁਤ ਵਧੀਆ ਫਿਲਮ ਹੈ ਜੀ। ਅਤੇ ਬਾਕੀ ਇਹਦੇ ਵਿੱਚ ਜਿਹੜਾ ਸੁਨੇਹਾ ਦੱਸਿਆ ਗਿਆ ਵੀ ਜੋ ਮਤਲਬ ਛੋਟਾ ਜ਼ਿਮੀਂਦਾਰ ਜਦ ਲੋਨ ਲੈਂਦਾ ਵੀ ਉਹਦੇ 'ਤੇ ਕਿੱਦਾਂ ਸਰਕਾਰਾਂ ਸਖ਼ਤ ਹੁੰਦੀਆਂ, ਜਿਹੜੇ 9-9 ਹਜ਼ਾਰ ਕਰੋੜ ਲੈ ਕੇ ਭੱਜ ਗਏ ਇੰਡੀਆ 'ਚੋਂ, ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਅਤੇ ਉਹ ਚੀਜ਼ ਬਾਰੇ ਗੌਰ ਕਰਨ ਬਾਰੇ ਬਹੁਤ ਵਧੀਆ ਸੁਨੇਹਾ, ਬਹੁਤ ਵਧੀਆ ਫਿਲਮ ਹੈ। ਖਾਓ ਪਿਓ ਐਸ਼ ਕਰੋ ਦੇਖ ਕੇ ਆਇਓ ਕਿਵੇਂ ਦਾ ਰਿਹਾ? ਬਹੁਤ ਵਧੀਆ ਲੱਗੀ ਮੂਵੀ, ਕਾਮੇਡੀ ਸੀਗੀ, ਸਾਨੂੰ ਬਹੁਤ ਵਧੀਆ ਲੱਗੀ। ਵਧੀਆ ਕੀ ਲੱਗਿਆ, ਕੋਈ ਸੀਨ ਇਹਦਾ ਜਿਹੜਾ ਬਹੁਤ ਹੀ ਪਿਆਰਾ ਲੱਗਿਆ? ਵਾ ਹਾਸੀ ਬਹੁਤ ਆਈ, ਸਾਰੇ ਸੀਨ ਬਹੁਤ ਵਿੱਚ ਬਹੁਤ ਹਾਸੇ ਵਾਲੇ ਸੀਨ ਸੀਗੇ। ਇੱਕ ਸੀਨ ਮੈਨੂੰ ਬਹੁਤ ਉਹ ਲੱਗਿਆ ਜਦੋਂ ਜਿਹੜਾ ਭਈਆ ਜਿਹਾ ਸੀਗਾ ਕਹਿੰਦੇ ਸੀ ਮੇਰੇ ਕੰਮ ਕਰਦੇ ਆ, ਉਹ ਵਾਲਾ ਬਹੁਤ ਹਾਸੇ ਵਾਲਾ। ਸੇਮ ਜਸਰ ਅਤੇ ਰਣਜੀਤ ਬਾਵਾ ਦੀ ਕੋਂਬੀਨੇਸ਼ਨ ਕਿਵੇਂ ਦੀ? ਬਹੁਤ ਵਧੀਆ ਲੱਗੀ, ਦੋਨਾਂ ਦਾ ਬਹੁਤ ਵਧੀਆ ਸੀਗਾ ਕਿ ਮੈਨੂੰ ਹੈਗਾ ਕਿ ਅੱਗੇ ਵੀ ਹੋਰ ਫਿਲਮਾਂ ਲੈ ਕੇ ਆਉਣਾ। ਜੋ ਨੰਬਰ ਦੇਣੇ ਹੁਣ ਖਾਓ ਪਿਓ ਐਸ਼ ਕਰੋ। ਹਾਂਜੀ 4 ਦਊਂਗੀ ਮੈਂ। ਥੈਂਕ ਯੂ ਮੈਡਮ।